एवरीवन, गुड मॉर्निंग। केमे हो सारे? ਉਹਦਾ ਹੀ ਪਹੁੰਚ ਗਏ ਇੱਧਰ। ਹੁਣ ਆਪਾਂ ਪਹੁੰਚ ਚੁੱਕੇ ਆ ਜਿੱਥੇ ਵੀ ਪੁਣਾ ਸੀ ਆ ਕੇ ਖੁੱਲੀ ਹਵਾ ਚ। ਦੇਖੋ ਯਾਰ, ਉਹਦੇ ਕਿਤੇ ਵੀ ਪਾਣੀ ਲਿਆ ਦੇ ਹੁਣ ਕਲੀਅਰ ਜਿਹਾ। ਰਬੜ ਜੀ ਦਾ ਆਰਸੀ ਦਾ ਆਰਸੀ ਅਸੀਂ ਭੁੱਲਿਆ ਏ ਘਰੇ ਤੇ ਕੈਂਟਨ। ਉਹ ਹੁਣ ਬ੍ਰਦਰ ਕਹਿੰਦਾ ਵੀ ਮੰਡੇ ਤੁਹਾਡਾ ਠੀਕ ਠਾਕ। ਕੁਲਚਾ ਬਹੁਤ ਟੇਸਟੀ ਜੀ, ਵਧੀਆ ਕੀਤਾ। ਕਿਵੇਂ ਹੋ ਸਾਰੇ? ਹੋਪਸ ਵੀ ਸਾਰੇ ਠੀਕ ਹੋਵੋਗੇ। ਸੋ ਅੱਜ ਜਾ ਰਹੇ ਹਾਂ ਆਪਾਂ ਮੋਟਰਸਾਈਕਲ ਤੇ ਸਰਕਾਰੀ ਪੇਟਾਂ ਲਵਾਉਣ। ਉਹ ਨਹੀਂ ਯਾਰ, ਇਹ ਨਹੀਂ ਸੋਹਣੀ ਲੱਗਣਾ ਯਾਰ, ਇਹ ਨਾ ਆਪਾਂ। ਅੱਛਾ ਫਿਰ ਠੀਕ ਆ। ਸੋ ਗਾਈਜ, ਆਪਾਂ ਜਾ ਰਹੇ ਹਾਂ ਅੱਜ ਮੋਟਰਸਾਈਕਲ ਦੇ ਨੰਬਰ ਪਲੇਟ ਲਾਉਣਾ ਸੰਗਰੂਰ। ਸੋ ਤੁਹਾਨੂੰ ਜਾਂਦੇ ਹੋਏ ਦਿਖਾਵਾਂਗੇ। ਜੇ ਵੈਸੇ ਤਾਂ ਸਰਕਾਰੀ ਪੇਟਾਂ ਨਹੀਂ ਨਾਮ ਆਉਂਦੇ ਨੇ, ਬਿਲਕੁਲ ਬੇਕਾਰੀ ਕੰਡੀਸ਼ਨ ਹੈਗੀ। ਸੋ ਚਲੋ, ਸਰਕਾਰ ਦਾ ਹੁਕਮ ਆ, ਲਗਾਉਣ ਚੱਲਦੇ ਹਾਂ ਅੱਜ ਟਾਈਮਿੰਗ। ਤੋੜ ਵੀ ਦਿੰਦੇ ਨੇ, ਚਲੋ ਦੇਖਦੇ ਜਾ ਕੇ ਆਪਾਂ ਖਲਾ ਲਾਂਗੇ ਜਾ ਕੇ। ਜਿੱਥੇ ਨੰਬਰ ਪਲੇਟਾਂ ਲਗਾਉਣਾ ਅਤੇ ਇਹ ਜਿਹੜੀ ਜਗ੍ਹਾ ਗੀ ਨਾ, ਜਿਹੜਾ ਮੇਨ ਪੁਲ ਆ ਸੁਨਾਮ ਰੋਡ 'ਤੇ, ਜਿਹੜਾ ਰੋਡ ਲੰਘਦਾ ਵੱਡਾ, ਉਹਦੇ ਥੋੜ੍ਹਾ ਜਿਹਾ ਪਿੱਛੇ ਸੰਗਰੂਰ ਵੱਲ ਨੂੰ, ਠੀਕ ਹੈ, ਸ਼ਹਿਰ ਤੋਂ ਬਾਹਰ ਇੱਕ ਯਾਰ ਇਹਨਾਂ ਨੇ ਜਗ੍ਹਾ ਜੀ ਲਈ ਹੋਈ ਆ, ਠੀਕ ਹੈ, ਉੱਥੇ ਤੁਸੀਂ ਲਵਾ ਸਕਦੇ ਹੋ ਜਿਹਨੇ ਵੀ ਆਉਣਾ। ਇਹ ਸੁਨਾਮ ਰੋਡ 'ਤੇ ਆ, ਸੰਗਰੂਰ ਤੋਂ ਬਾਹਰ, ਮਤਲਬ ਕਿ ਸੰਗਰੂਰ ਸ਼ਹਿਰ ਤੋਂ ਕਾਫੀ ਦੂਰ ਅੱਗੇ ਜਾ ਕੇ ਸੁਨਾਮ ਰੋਡ 'ਤੇ, ਅਤੇ ਆਹ ਮੇਨ ਪੁਲ ਆ, ਇਹ ਤੋਂ ਇੱਧਰ ਹੀ ਰਹਿ ਜਾਂਦਾ ਨਾਲ ਹੀ। ਤੁਸੀਂ ਦੇਖਦੇ ਹੋ ਪਿੱਛੇ ਮੇਰੇ ਮੇਨ ਰੋਡ। ਹੁਣ ਚਲੋ ਦੇਖਦੇ ਅੰਦਰ ਜਾ ਕੇ ਪਲੇਟਾਂ ਦਾ ਕੀ ਪ੍ਰੋਸੀਜਰ ਆ। ਤੁਹਾਨੂੰ ਦਿਖਾਉਣੇ ਆਹ ਜਗ੍ਹਾ ਜਿੱਥੇ ਅੰਦਰ ਪੇਟਾਂ ਪਰਚੀ ਲੈਣੀ ਪੈਂਦੀ ਹੈ, ਠੀਕ ਹੈ। ਟੋਕਨ ਟਾਈਮ ਆ, ਟੋਕਨ ਟਾਈਮ ਦਾ 1 ਵਜੇ ਤੋਂ ਸਾਢੇ 11 ਤੋਂ 4 1.5 ਵਜੇ ਦਾ ਟਾਈਮ ਆ, ਠੀਕ ਹੈ। ਚੱਲ ਲੈ ਲਾ ਉੱਥੋਂ, ਅਤੇ ਦਿਖਾ ਕੇ ਲੈ ਲਾ। ਉਹ ਯਾਰ ਲੈ ਲਾ ਪਰਚੀ, ਲੈ ਫੜੋ। ਪਰਚੀ ਬਣਵਾਉਂਦਾ ਉਹ ਆ, ਤੋ ਆਪ ਦੇਖੇ ਮਾਹੌਲ ਅਭੀ ਤੱਕ ਅੱਛਾ ਹੈ। ਪਾਰਕ ਹੁਣ ਕਰੂੰ ਗਲਾਂ, ਬਣੀ ਨਹੀਂ ਗੱਲ ਪਹਿਲਾਂ। ਮੈਂ ਤੈਨੂੰ ਦਿਖਾਈ ਜਾਵਾਂ ਬਾਹਰ ਚੱਲਦੇ।
ਕਿਵੇਂ ਬਣੀਆਂ ਉਹ ਵੀ ਹੁਣ ਅਸੀਂ ਆ ਕੇ ਖੁੱਲੀ ਹਵਾ ਚ ਤੇ ਗਾਓ ਗਾਣਾ ਹੁਣ ਗਾਣਾ ਗਾ ਰਹੇ ਸੀ ਉਹ ਯਾਰ ਵਧੀਆ ਗਾ ਰਿਹਾ ਸੀ ਸੱਚੀ ਸੌਂ ਲੱਗੇ ਮਜ਼ਾਕ ਨਹੀਂ ਸੀਰੀਅਸ ਕਹਿਣਾ ਵਧੀਆ ਗਾ ਰਿਹਾ ਸੀ ਕੌਣ ਨੂੰ ਕਿਹਾ ਵਧੀਆ ਆਜੂਗਾ ਪਤਾ ਬਲੌਗ ਹੀ ਪਾਉਣਾ ਬਲੌਗ ਤੇ ਥੋੜੀ ਲੀਕ ਹੋਊਗਾ ਯਾਰ ਨਹੀਂ ਹੁੰਦਾ ਲੀਕ ਗਾ ਯਾਰ ਉਹ ਕੱਟ ਦਾਂਗੇ ਉਹਨਾਂ ਕਪਾਟ ਹਾਂ ਯਾਰ ਇਹ ਕਹਿੰਦਾ ਮੈਂ ਤਾਂ ਗਾਉਣਾ ਨਹੀਂ ਅੱਜ ਠੀਕ ਹੈ ਕਹਿੰਦਾ ਮੇਰਾ ਗਾਣਾ ਲੀਕ ਹੋ ਜਾਣਾ ਯਾਰ ਇਹ ਬਹੁਤ ਖੱਜਲ ਖਵਾਰੀ ਹੈ ਠੀਕ ਹੈ ਕੋਈ ਸਿਸਟਮ ਨਹੀਂ ਹੈ ਪੰਜਾਬ ਗਵਰਨਮੈਂਟ ਦਾ ਘੰਟਾ ਵੇਟ ਕਰੋ ਕਿਸੇ ਨੂੰ ਕਹਿੰਦੇ ਨੇ ਅੱਧਾ ਘੰਟਾ ਵੇਟ ਕਰੋ ਕਿਸੇ ਨੂੰ ਦੋ ਘੰਟੇ ਵੀ ਕਹਿ ਜਾਂਦੇ ਨੇ ਵੇਟ ਕਰੋ ਸੋ ਇਸ ਲਈ ਯਾਰ ਸਰਕਾਰ ਨੂੰ ਥੋੜਾ ਸੁਧਰਨਾ ਚਾਹੀਦਾ ਸਿਸਟਮ ਨੂੰ ਥੋੜਾ ਸੁਧਾਰਨਾ ਚਾਹੀਦਾ ਤੋ ਮੇਰੀ ਤਾਂ ਇਹੀ ਸਲਾਹ ਵੀ ਸਿਸਟਮ ਨੂੰ ਸੁਧਾਰੋ ਤੇ ਹੁਣ ਆਪਾਂ ਮਿਲਾਂਗੇ ਜਦੋਂ ਨੰਬਰ ਪਲੇਟਾਂ ਲਾਉਣਗੇ ਹੁਣ ਅਸੀਂ ਵੈਸੇ ਆਪਣੀਆਂ ਗੱਲਾਂ ਕਰ ਲਈਏ ਇੰਜੋਏ ਠੀਕ ਹੈ ਥੋੜੇ ਪਰਸਨਲ ਗੱਲਾਂ ਸਮਝ ਸਕਦੇ ਹਾਂ ਸੋ ਅਸੀਂ ਮਿਲਦੇ ਹਾਂ ਕਿਤੇ ਜਿੱਥੇ ਨੰਬਰ ਪਲੇਟਾਂ ਉੱਥੇ ਕੋਈ ਪਾਣੀ ਦਾ ਪ੍ਰਬੰਧ ਹੈ ਨਹੀਂ ਸੋ ਇੱਕ ਵੀਰ ਮਿਲਿਆ ਮੋਟਰ ਚੱਲਦੀ ਹੈ ਤਾਜ਼ਾ ਪਾਣੀ ਪੀਣ ਨੂੰ ਮਿਲ ਗਿਆ ਉਹਦੀ ਕੋਠੀ ਦੀ ਬੈਕ ਸਾਈਡ ਹੈ ਮੋਟਰ ਅਤੇ ਉਹਨਾਂ ਦਾ ਮੱਝਾਂ ਦਾ ਫਾਰਮ ਵੀ ਪਾਇਆ ਹੈ ਅਤੇ ਇੱਧਰ ਦੇਖੋ ਜੀਰੀ ਨੂੰ ਪਾਣੀ ਲੱਗ ਰਿਹਾ ਠੀਕ ਹੈ ਅਤੇ ਆਪਾਂ ਪੀ ਰਹੇ ਹਾਂ ਪਾਣੀ ਹੁਣ ਤਾਜ਼ਾ ਪਾਣੀ ਲਿਆ ਦੇ ਹੁਣ ਮਾਂ ਚੱਲ ਤੂੰ ਵੀ ਪੀ ਲਾ ਕੀ ਯਾਦ ਰੱਖੇਗਾ ਵੀ ਤੈਨੂੰ ਪਾਣੀ ਲਿਆ ਕੇ ਦਿੱਤਾ ਡੋਲਣਾ ਜ਼ਰੂਰੀ ਸੀ ਕੱਢ ਲਾ ਕੱਢ ਲਾ ਆਹ ਦੇਖੋ ਯਾਰ ਪਿੱਛੇ ਇਹਨਾਂ ਦਾ ਫਾਰਮ ਪਾਇਆ ਹੈ ਵਧੀਆ ਝੋਨਾ ਲੱਗਿਆ ਹੋਇਆ ਪਰ ਪਾਣੀ ਲਾ ਰਿਹਾ ਮੈਂ ਨੱਕਾ ਮੋੜ ਪਲੇਟਾਂ ਲਵਾਉਣਾ ਨਾ ਆਪਦਾ ਪਾਣੀ ਨਾਲ ਲਿਆਇਓ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਨਾ ਬੈਠਣ ਦਾ ਨਾ ਪਾਣੀ ਪੀਣ ਦਾ ਕਿਸਮਤ ਆ ਠੀਕ ਹੈ ਸਾਡੀ ਇੱਥੇ ਮਿਲ ਗਿਆ ਕਿਸੇ ਨੂੰ ਪੁੱਛ ਲਿਆ ਵੀ ਇੱਥੇ ਪਾਣੀ ਪੀਣ ਦਾ ਪ੍ਰਬੰਧ ਹੈਗਾ ਉਹ ਕਹਿੰਦਾ ਯਾਰ ਆਪਣੀ ਮੋਟਰ ਚੱਲਦੀ ਉੱਥੇ ਪੀ ਲਵਾ ਕੇ ਪਾਣੀ ਹੁਣ ਆਪਾਂ ਮੋਟਰ 'ਤੇ ਪਹੁੰਚ ਗਏ ਸੀ ਨਾਲ ਇੱਥੇ ਬੈਠਣ ਨੂੰ ਵੀ ਜਗ੍ਹਾ ਹੈਗੀ ਅੱਗੇ ਮੋਟਰ 'ਤੇ ਠੀਕ ਹੈ ਸੋ ਤੁਸੀਂ ਇੱਥੇ ਆ ਕੇ ਪਾਣੀ ਪੂਣੀ ਪੀ ਸਕਦੇ ਹੋ ਨਹੀਂ ਤਾਂ ਇਹਨਾਂ ਦਾ ਤਾਂ ਬੁਰਾ ਹਾਲ ਆ ਉਹ ਸਾਹਮਣੇ ਆਇਆ ਜਗ੍ਹਾ ਜਿੱਥੇ ਪਲੇਟਾਂ ਲੱਗ ਰਹੀਆਂ ਨੇ ਓਕੇ ਚੀਜ਼ ਦਿਖਾਉਣੇ ਆ ਠੀਕ ਆ ਪਲੇਟਾਂ ਨੇ ਕਲੀਅਰ ਜਿਹਾ ਰਬੜ ਜੀ ਦਾ ਇਹ ਪਤਾ ਕਿੰਨੇ ਰੁਪਏ ਲੈਂਦੇ ਨੇ 500 ਰੁਪਏ ਮੰਗਦੇ ਨੇ ਤੁਸੀਂ ਦੇਖ ਲਓ ਕਿੰਨਾ ਕੁ ਮਟੀਰੀਅਲ ਲੱਗਿਆ ਹੋਇਆ ਇਹਨੂੰ ਸਾਰੀ ਇਹ 100 ਕੁ ਰੁਪਏ ਦੀ ਹੋਊਗੀ ਠੀਕ ਆ ਜਿਹੜੀ ਆਹ ਬਲੈਕ ਬਲੈਕ ਜੀ ਆਲੇ ਦੁਆਲੇ ਤੁਹਾਨੂੰ ਦਿਖ ਰਹੀ ਆ ਅਤੇ ਇਹ ਠੱਗੀ ਬਹੁਤ ਚੱਲ ਰਹੀ ਆ ਉਰੇ ਠੀਕ ਆ ਸੋ ਮੇਰੇ ਮਿੱਤਰਾਂ ਜਿਹੜੇ ਵੀ ਇੱਥੇ ਆਉਣਗੇ ਪਲੇਟਾਂ ਲਾਉਣ ਉਹਨਾਂ ਨੂੰ ਬੇਨਤੀ ਆ ਵੀ ਇਹ ਚੀਜ਼ ਨਾ ਲਵਾਓ ਠੀਕ ਹੈ ਜੇ ਲਵਾਉਣੀ ਹੈ ਤਾਂ 50-100 ਰੁਪਏ ਦੀ ਬਾਹਰੋਂ ਲਵਾ ਲਓ ਪਹਿਲਾਂ ਲਿਓ ਆਪਣੀ ਨਾਲ ਸੋ ਇਹਨਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ 500 ਰੁਪਏ ਦੀ ਲਾ ਰਹੇ ਨੇ ਇਹ ਨਾਲੇ ਤਾਂ ਪਲੇਟਾਂ ਦਾ ਚਾਰਜ ਪਹਿਲਾਂ ਲੈ ਲਿਆ ਔਨਲਾਈਨ ਠੀਕ ਹੈ ਅਤੇ ਹੁਣ ਇਹਦਾ 500 ਰੁਪਏ ਲੈ ਰਹੇ ਨੇ ਲੱਗੀਆਂ ਅਲੱਗ ਹੁਣ ਪੰਗਾ ਪੈ ਗਿਆ ਆਰਸੀ ਦਾ ਆਰਸੀ ਅਸੀਂ ਭੁੱਲਿਆ ਇਹ ਘਰੇ ਅਤੇ ਉਹਨਾਂ ਨੇ ਨੰਬਰ ਪਲੇਟਾਂ ਲਾ ਦੀਆਂ ਮੇਰੇ ਜਦੋਂ ਉਹਦੀਆਂ ਨੰਬਰ ਪਲੇਟਾਂ ਲੱਗ ਗਈਆਂ ਠੀਕ ਹੈ ਉਹ ਕਹਿੰਦਾ ਯਾਰ ਆਰਸੀ ਦਿਖਾਓ ਕਹਿੰਦਾ ਮੈਂ ਫੇਰ ਜਾਣ ਦੂੰ ਪਹਿਲਾਂ ਆਰਸੀ ਦਿਖਾਓ ਕਹਿੰਦਾ ਫੋਟੋ ਖਿੱਚਣੀ ਆ ਹੁਣ ਆਰਸੀ ਹੈ ਨਹੀਂ ਆਰਸੀ ਹੁਣ ਕਿੱਥੋਂ ਲੈ ਕੇ ਆਈਏ ਹੁਣ ਦੇਖਦੇ ਹਾਂ ਘਰੋਂ ਜੇ ਕੋਈ ਫੋਟੋ ਭੇਜੂ ਤਾਂ ਦੇਖਦੇ ਹਾਂ ਨਹੀਂ ਫਿਰ ਖੜੇ ਹਾਂ ਭੇਜ ਦੀ ਫੋਟੋ ਯਾਰ 5 ਮਿੰਟ ਕਿਹਾ ਸੀ ਉਹਨੇ 5 ਮਿੰਟ 'ਚ ਫੋਟੋ ਭੇਜ ਦੂੰ ਯਾਰ ਮੈਸੇਜ ਕਰ ਦਿਓ ਉਹਨੂੰ ਨਹੀਂ ਆਪ ਤੋਰੀ ਖੜੇ ਰਹਾਂਗੇ ਭੇਜੂਗਾ ਚੱਲ ਯਾਰ ਆਰਸੀ ਠੀਕ ਹੈ ਪਰ ਇੱਕ ਗਲਤੀ ਕਰਤੀ ਉਹਨਾਂ ਨੇ ਸਾਡੀ ਨੰਬਰ ਪਲੇਟ ਇੱਕ ਪਾਸੇ ਨੂੰ ਟੇਢੀ ਲਾ ਦਿੱਤੀ ਟੇਢੀ ਜੀ ਮਤਲਬ ਇੱਕ ਸਾਈਡ ਨੂੰ ਜ਼ਿਆਦਾ ਕੱਢਤੀ ਅਗਲੀ ਪਲੇਟ ਆ ਜਿਹੜੀ ਇੱਕ ਸਾਈਡ ਬਿਲਕੁਲ ਵੀ ਨਹੀਂ ਹੈਗੀ ਤੁਹਾਨੂੰ ਪਿੱਕ ਦੇ ਵਿੱਚ ਸ਼ੋਅ ਕਰ ਦਾਂਗੇ ਅਤੇ ਜਿਹੜਾ ਸਾਹਮਣੇ ਲੱਗੂ ਉਹਦੇ ਵਿੱਚ ਸ਼ੋਅ ਹੋ ਜੂਗੀ ਵੀ ਕਿਸ ਤਰ੍ਹਾਂ ਪਲੇਟ ਲਗਾਈ ਆ ਯਾਰ ਜਮੀ ਬੇਕਾਰ ਕੰਮ ਆ ਨਾ ਤਾਂ ਕਹਿੰਦਾ ਉਹਨਾਂ ਨੂੰ ਪਲੇਟਾਂ ਲਾਉਣੀਆਂ ਆਉਂਦੀਆਂ ਨੇ ਠੀਕ ਹੈ ਵੀ ਕਿਵੇਂ ਲੱਗਦੀਆਂ ਨੇ ਠੀਕ ਹੈ ਅਗਲੇ ਦੇ ਸੰਦ ਦੀ ਜਹਿ ਜਾਂਦੀ ਮਾਰ ਦਿੰਦੇ ਨੇ ਅਗਲਾ ਜਿਹੜਾ ਆਪਣੀ ਕਾਰ ਆ ਜਾਂ ਬੁਲਟ ਆ ਜਾਂ ਮੋਟਰਸਾਈਕਲ ਸਾਂਭ ਸੰਭਾਲ ਕੇ ਰੱਖਦਾ
ठीक है, उन्होंने हर एक चीज सही रखता पर जायज नहीं मार देंगे यार। कुछ क सख्ताई होनी चाहिए इन्हों से, ठीक है, इन्होंने रूल एंड रेगुलेशन समझाने चाहिए ने, ठीक है भी, या किसी ने उन्होंने कम सिखाना चाहिए भी प्लेटा इस तरह लाइनिया ने, ठीक है, जब भी बेकार प्लेटा लाने यार सीधी जी गल। लो जी मित्रों, हुण आपां पहुंचे आ 13 इंक टैटू च, 13 इंक जोन टैटू च। कोल मैं आपां टैटू दिखा के जाना भी किस तरह, ठीक है भी, ठीक बने फिका पिया कहने, फिर मैं ये दुबारे बना दूंगा, दुबारे कलर फिल कर दूंगा, ठीक है। थर्ड मंजिल पे हूँ, ब्रदर कहता भी मंडे थोड़ा रीटच कर देंगे, सो आप मिलते हूँ मंडे टैटू का रीटच करवावे आके, ठीक है। हूँ आप चलते हैं, चलो आ जा भी प्लीज। हूँ जी खान लगे कुलचे, भुख बहुत लगी पी आ, कर रहे हम मुंडा रेडी कुलचे, ठीक है भाई कर रहे हैं कुलचे रेडी और कुछ ठीक है। सो कुलचे अपने रेडी हो रहे हैं, तो हूँ आप खा के घर जाके गल करते हैं। कुलचा बहुत टेस्टी थी, ठीक है, तो बाई का मैं तुम दिखा देना मन्नत फास्ट फूड, यह हैगा नानकना रोड के उपर, नानकना चौक लंघ के जो आप गुरुद्वारा साहब किन जाने उत्थे रेड़ी लाँदा, तो तुम यार सारे जने जरूर ट्राई करो इतने आके, ठीक है। कुलचा बहुत टेस्टी सी, मैं चलो पहली बार खादा उरे आके, ठीक है, मैंने बहुत टेस्टी लग्या है भी। मनप्रीत किवें लग्या, टेस्टी जी ना, ठीक है। सो हैगा मन्नत फास्ट फूड, तो इतने आके जरूर ट्राई करो भी। ठीक चाला सीगा ते के मनप्रीत कहना चाह पीने, मैं चलो चाह भी पी लें, हूँ हूँ चाह का टेस्ट भी दे दसद भी किस तरह। बाकी यार चाह भी वधिया बनाई है, सो तुसी इहदे नाल ही कुलचे वाले, ठीक है, चाह वाला तुसी चाह भी जरूर टेस्ट करो। ओके हूँ आप रास्ते दे विच जा कितने फोटो करनी हूँ कुत्ते खड़ा, तो बाकी गल्ल फिर आप घरे जाए करा, प्लेटा लगा के घरे पहुंच चुके, तो सरन भी आ गए, इन्हू भी लैके आ चुके आप। हाँ भी तू की कह रहा सीगा, पर जिने सिद्धू मूसे वाले ने मारा ते दो बंदे पकड़ ले, तीने पकड़ ले पुलिस पकड़ के की किया, इसका माता किमे मारे बंदूक बढ़िया किया, ठीक है। ते होर आज स्कूल के मेरे हा गुड, आज टेस्ट हुए सीगे, एक कच्चे सब तो ज्यादा गलत मार्क्स आए ने, बाकी तो फुल ने, जवाक भी हुण इंटेलिजेंट हो चुके ने, ठीक है। देखो पहली गल देखो, साडे वर्गे जदों एडिंग हुंदे सी सानूं न्यूज़ दा कुछ नहीं पता हुंदा सी, ठीक है, इन्हें की करना लैपटॉप चकना हूँ पढ़न लग जाना, पढ़ना नहीं है मतलब कि लैपटॉप से यूट्यूब खोल लेनी है बस, हाँ वो पहला गलत कर लेंगे यूट्यूब देखनी है तो, ठीक है, यूट्यूब देखते देखते दे, नहीं पता की देखन लग जाए, कोई न्यूज आ गई तो देख लेनी है, या पबजी दीडियोज बेबलेट देखना ना, बेबलेट दीडियोज देखते आके, दूजे नंबर से हम जिन्हें रोटी देती ना, जे इन्हू कहते हम पढ़न लग जा तो इन्हें की करना, कहूगा मैंने भुख लगी है मैं रोटी खानी है, तो फिर घंटा लैपटॉप लैपटॉप रोटी खानी है घंटा पूरा, ये एक बहाना लैपटॉप देखता देखता रोटी खाऊगा, एक घंटा ला देना, ठीक है। तो हूँ गया भजे, देखो की करना है, मैं बंद कर रहा हूँ वीडियो, बंद कर देना लैपटॉप को, चक लिया यार हाल आ चक लिया लैपटॉप, इन्हें होर कुछ नहीं करना, चलो ठीक है, ओके जी बाय। जेकर ये ब्लॉग वधिया लग्या तां चैनल सबसक्राइब जरूर कर लियो, ठीक है, हाँ इहदा चैनल भी सबसक्राइब कर लियो, इहदा भी बनावांगे, तुहानूं नाम डिस्क्रिप्शन च दे दांगे, तुहानूं नाम ठीक है, ठीक है, तो बना देंगे एच एस सोही गेमर्स, एच एस गेमर के नाम से बनाऊंगा कहना मैं, सारे छोटे लैटर, सारे छोटे लैटर, चलो ठीक है जी, मिलते हैं, जेकर वधिया लगता है वीडियो वधिया लगता है चैनल सबसक्राइब जरूर कर लियो, तो कमेंट जरूर करया करो, हाँ मीह पैन लग गया पर जाके देख लेना, कुछ भी पिया सी, अच्छा हो गया ना।
चलो चल बाय कर दे बाय भी सारे मिलते अगले ब्लॉग च चैनल सब्सक्राइब कर ले साडा लाइक भी ਆਪਾਂ ਮੋਟਰਸਾਈਕਲ ਦੀਆਂ ਪਲੇਟਾਂ ਲਾ ਕੇ ਫਾਈਨਲੀ ਘਰ ਪਹੁੰਚ ਗਏ ਅਤੇ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਜਾਂ ਬਲੌਗ ਵਧੀਆ ਲੱਗਿਆ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਘੰਟੀ ਵਾਲਾ ਬਟਨ ਜ਼ਰੂਰ ਤਾਂ ਵਧੀਆ ਕਰਿਓ ਤਾਂ ਕਿ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਨੈਕਸਟ ਵੀਡੀਓ 'ਚ।